ਵਾਹਿਗੁਰੂ ਜੀ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜਿਆ ਜਲ ਹੀ ਵਿਖੇ ਸਮਾਹੈ ਜੁਗ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਸਤਿਗੁਰੂ ਜੀ ਦੀ ਛਤਰ ਛਾਇਆ ਹੇਠਾਂ ਉਸ ਮਹਾਨ ਮਹਾਂਪੁਰਖ ਜਿਨ੍ਹਾਂ ਦਾ ਨਾਂ ਤੁਸੀਂ ਸਰਵਣ ਕਰਦੇ ਹੋ ਸ਼੍ਰੀਮਾਨ ਸੰਤ ਬਾਬਾ ਮਹਾਂ ਹਰਨਾਮ ਸਿੰਘ ਮਹਾਂ ਨਾਮ ਹੈ ਅਕਾਲ ਦਾ ਔਰ ਗੁਰੂ ਕੀ ਹੈ ਸੰਗਤੇ ਮਹਾਂਪੁਰਖ ਅਕਾਲ ਦਾ ਰੂਪ ਆਏ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ 205 ਸਾਲਾਂ ਦਿਹਾੜੇ ਆਗਮਨ ਨੂੰ ਮੁੱਖ ਰੱਖਦਿਆਂ ਸਤਿਗੁਰੂ ਜੀ ਦੀ ਛਤਰ ਛਾਇਆ ਹੇਠਾਂ ਜਿੰਨੀ ਵੀ ਸੰਗਤ ਗੁਰੂ ਨੇੜਿਓ ਚੱਲ ਕੇ ਆਈ ਇਹ ਵਡਭਾਗੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਬਚਨ ਹਨ ਆਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਮਹਾਂਪੁਰਸ਼ਾਂ ਦਾ ਨਾਂ ਲੈਣ ਦੇ ਨਾਲ ਮੁਕਤੀ ਦੇ ਦਰ ਨੂੰ ਪ੍ਰਾਪਤ ਹੋਈਦਾ ਹੈ ਮੁਕਤ ਹੋ ਜਾਂਦਾ ਹੀ ਹੈ ਜੀ ਗੁਰੂ ਇਸਤਰੀ ਸੋ ਗੁਰੂ ਪਿਆਰੀ ਸਾਧ ਸੰਗਤ ਉਹ ਮਹਾਨ ਤੱਤ ਬੀਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨੇ ਨਾ 125 ਗਾਗਰ ਦੀ ਸੇਵਾ ਜਦੋਂ ਕੀਤੀ ਹੈ ਗੋਦਾਵਰੀ ਦੇ ਵਿੱਚੋਂ ਹਜ਼ੂਰ ਸਾਹਿਬ ਜਾ ਕੇ ਗੁਰੂ ਕੀ ਸੰਗਤ ਇੱਕ ਦਿਨ ਬਾਬਾ ਜੀ ਨਾ ਬਾਬਾ ਆਨੰਦ ਸਿੰਘ ਮਹਾਰਾਜ ਜੀ ਪ੍ਰਕਰਮਾ ਦੇ ਵਿੱਚ ਬੈਠ ਕੇ ਕੀਰਤਨ ਸਰਵਣ ਕਰ ਰਹੇ ਸਨ ਕੀਰਤਨ ਇੱਕ ਬੱਚਾ ਇੱਕ ਬਾਲਕ ਆਉਂਦਾ ਹੈ ਉਹ ਮਹਾਂਪੁਰਸ਼ਾਂ ਦੇ ਨਾਲ ਕਹਿ ਜਾਂਦਾ ਹੈ ਜਦੋਂ ਕਹਿ ਕੇ ਫਿਰ ਦੌੜ ਜਾਂਦਾ ਹੈ ਗੁਰੂ ਪਿਆਰੀ ਸਾਹਿਬ ਦੋ ਤਿੰਨ ਦਫ਼ਾ ਇਸ ਤਰ੍ਹਾਂ ਹੋਇਆ ਬਾਬਾ ਜੀ ਦੇ ਨਾਲ ਮੈਂ ਮਿਲਾਪ ਦੀ ਗੱਲ ਕਰ ਰਿਹਾ ਹਾਂ ਵੀ ਜੋ ਜੋ ਕਹਿ ਸੋ ਮੁਕਤਾ ਹੋਏ ਗੁਰੂ ਪਿਆਰੀ ਸਾਹਿਬ ਸੰਗਤ ਦੋ ਤਿੰਨ ਵਾਰ ਜਦੋਂ ਇਸ ਤਰ੍ਹਾਂ ਹੋਇਆ ਨਾ ਅਤੇ ਮਹਾਰਾਜ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਐਤਕੀ ਜਦੋਂ ਆਇਆ ਨਾ ਐਤਕੀ ਥੋੜ੍ਹਾ ਜਿਹਾ ਨਾ ਝਿੜਕ ਦੇਣਾ ਹੈ ਕਿਉਂਕਿ ਬਿਰਤੀ ਟੁੱਟਦੀ ਹੈ ਗੁਰੂ ਪਿਆਰੀ ਸਾਹਿਬ ਕੀਰਤਨ ਦੇ ਵਿੱਚ ਮਨ ਜੁੜਿਆ ਹੋਇਆ ਸੀ ਜਦੋਂ ਮਨ ਜੁੜ ਜਾਂਦਾ ਹੈ ਗੁਰੂ ਪਿਆਰੀ ਸਾਹਿਬ ਮੰਮਾ ਮਨ ਸਿਓ ਕਾਜ ਹੈ ਮਨ ਸਾਧੇ ਸਿੱਧ ਮਨ ਦੀ ਸਾਰੀ ਗੱਲ ਜਦੋਂ ਮਨ ਜੁੜ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਫਿਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਦੀ ਰਹਿਮਤ ਹੁੰਦੀ ਹੈ ਗੁਰੂ ਦੀ ਮਿਹਰ ਹੁੰਦੀ ਹੈ ਸਰਵਣ ਕਰ ਰਿਹਾ ਸੀ ਵੀ ਰੱਬ ਤੁੱਠੇ ਦੀ ਇਹ ਨਿਸ਼ਾਨੀ ਵੀ ਸੰਗ ਪ੍ਰਾਪਤ ਹੁੰਦਾ ਹੈ ਸਾਧੂਆਂ ਦਾ ਜਦੋਂ ਗੁਰੂ ਸਾਹਿਬ ਪ੍ਰਸੰਨ ਹੁੰਦੇ ਹਨ ਰੱਬ ਪ੍ਰਸੰਨ ਹੁੰਦਾ ਸੋ ਗੁਰੂ ਪਿਆਰੀ ਸਾਧ ਸੰਗਤ ਜਦੋਂ ਦੋ ਤਿੰਨ ਵਾਰਾਂ ਬਾਬਾ ਜੀ ਦੇ ਨਾਲ ਖਿਆ ਬਾਬਾ ਜੀ ਕਹਿੰਦੇ ਜਦੋਂ ਐਤਕੀ ਆਇਆ ਨਾ ਐਤਕੀ ਥੋੜ੍ਹਾ ਜਿਹਾ ਡਾਂਟ ਦੇਣਾ ਹੈ ਗੁਰੂ ਪਿਆਰੀ ਸਾਧ ਸੰਗਤ ਅਤੇ ਜਦੋਂ ਆਇਆ ਉਹ ਬੱਚਾ ਬਾਬਾ ਜੀ ਨੇ ਨੇਤਰ ਖੋਲ੍ਹੇ ਕਾਹਨੂੰ ਤੱਕਿਆ ਜਦੋਂ ਤੱਕਿਆ ਗੁਰੂ ਪਿਆਰੀ ਸਾਧ ਸੰਗਤ ਕੀ ਦਰਸ਼ਨ ਕੀਤੇ ਕੀ ਝਲਕਾਰਾ ਪਿਆ ਗੁਰੂ ਹਰਗੋਬਿੰਦ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਦਾ ਸਰੂਪ ਦਿਸਿਆ ਗੁਰੂ ਪਿਆਰੀ ਸਾਧ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਜਦੋਂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸਰੂਪ ਦੱਸਿਆ ਉਹ ਸਰੂਪ ਗੁਰੂ ਪਿਆਰੀ ਸਾਧ ਸੰਗਤ ਦਸਮ ਪਾਤਸ਼ਾਹ ਜੀ ਦਾ ਹੋ ਗਿਆ ਫਿਰ ਦਸਮ ਸਰੂਪ ਦੇ ਦਰਸ਼ਨ ਹੋਏ ਉਹ ਬੱਚੇ ਦੇ ਵਿੱਚੋਂ ਅਤੇ ਗੁਰੂ ਪਿਆਰੀ ਸਾਧ ਸੰਗਤ ਜਦੋਂ ਤੀਸਰੀ ਵਾਰ ਬਾਬਾ ਜੀ ਨੇ ਨੇਤਰ ਤਾਂ ਚੱਕ ਕੇ ਦੇਖਿਆ ਕੀ ਦੇਖਿਆ ਉਹ ਸਰੂਪ ਗੁਰੂ ਨਾਨਕ ਬਣ ਗਿਆ ਗੁਰੂ ਪਿਆਰੀ ਸਾਧ ਸੰਗਤ ਉਹ ਬੱਚਾ ਹੱਸ ਪਿਆ ਗੁਰੂ ਪਿਆਰੀ ਸਾਧ ਸੰਗਤ ਜਦੋਂ ਹੱਸਿਆ ਹੱਸ ਕੇ ਕਹਿੰਦਾ ਵੀ ਤੁਹਾਡੇ ਨਾਲ ਹੀ ਖੇਡਣਾ ਹੈ
ਤੁਹਾਡੇ ਨਾਲ ਹੀ ਗੁਰੂ ਪਿਆਰੀ ਸਾਧ ਸੰਗਤ, ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜਿਹੜੇ ਮਹਾਂਪੁਰਸ਼ ਹੁੰਦੇ ਹਨ ਨਾ, ਸਾਧੂ ਹੁੰਦੇ ਹਨ, ਭਗਤ ਹੁੰਦੇ ਹਨ, ਗੁਰਸਿੱਖ ਹੁੰਦੇ ਹਨ, ਇਹ ਰੱਬ ਦੇ ਪੁੱਤਰ ਹੁੰਦੇ ਹਨ, ਇਹ ਸਤਿਗੁਰੂ ਦੇ ਪੁੱਤਰ ਹੁੰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਪੁੱਤਰ ਤੋਂ ਸਪੁੱਤਰ ਬਣ ਜਾਂਦੇ ਹਨ ਨਾਮ ਦੀ ਕਮਾਈ ਕਰਕੇ। ਸੋ ਗੁਰੂ ਪਿਆਰੀ ਸਾਧ ਸੰਗਤ ਸਵਾ ਸਾਲ ਬਾਬਾ ਜੀ ਨੇ ਫਿਰ ਉੱਥੇ ਜਦੋਂ ਗਾਗਰ ਦੀ ਸੇਵਾ ਕੀਤੀ ਹੈ ਨਾ, ਫਿਰ ਇੱਕ ਦਿਨ ਅੰਮ੍ਰਿਤ ਵੇਲੇ ਗਾਗਰ ਚੱਕ ਕੇ ਬਾਬਾ ਆਨੰਦ ਸਿੰਘ ਜੀ ਆ ਰਹੇ ਸਨ। ਜਦੋਂ ਆਉਂਦੇ ਪਏ ਸਨ ਗੁਰੂ ਪਿਆਰੀ ਸਾਧ ਸੰਗਤ, ਇਤਨਾ ਝਲਕਾਰਾ ਪਿਆ, ਇਉਂ ਲੱਗਿਆ ਵੀ ਦੇਣੀ ਚੜ੍ਹ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ। ਜਦੋਂ ਆਹ ਦ੍ਰਿਸ਼ ਦੇਖਿਆ, ਬਾਬਾ ਜੀ ਕਹਿੰਦੇ ਦੇਣ ਚੜ੍ਹ ਗਿਆ ਨਾ ਇਹ ਗੁਰੂ ਪਿਆਰੀ ਸਾਧ ਸੰਗਤ। ਜਦੋਂ ਝਲਕਾਰਾ ਪਿਆ ਕੀ ਦੇਖਿਆ, ਸਾਹਮਣੇ ਕਲਗੀਧਰ ਪਿਤਾ ਖੜ੍ਹੇ ਹਨ ਗੁਰੂ ਪਿਆਰੀ ਸਾਧ ਸੰਗਤ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਉਹ ਆਨੰਦ ਸਿਆ ਤੇਰੀ ਸੇਵਾ ਪੂਰੀ ਹੋ ਗਈ, ਜਾ ਦਮਦਮਾ ਸਾਹਿਬ ਚਲਾ ਜਾ, ਉੱਥੇ ਜਾ ਕੇ ਵਿੱਦਿਆ ਪਾੜ ਵਿੱਦਿਆ। ਗੁਰੂ ਪਿਆਰੀ ਸਾਧ ਸੰਗਤ ਰੂਹਾਨੀਅਤ ਦੀ ਵਿੱਦਿਆ, ਦੁਨਿਆਵੀ ਵਿੱਦਿਆ ਨਹੀਂ ਪੜ੍ਹਦੀ, ਦੁਨਿਆਵੀ ਵਿੱਦਿਆ ਵੀ ਹੈ ਗੁਰੂ ਪਿਆਰੀ ਸਾਧ ਸੰਗਤ ਵਿੱਦਿਆ, ਵਿਚਾਰੀਤਾ ਪਾਰਉਪਕਾਰੀ। ਗੁਰੂ ਪਿਆਰੀ ਸਾਧ ਸੰਗਤ ਵਿੱਦਿਆ ਮਾੜੀ ਨਹੀਂ ਪੜ੍ਹਨੀ, ਪੜ੍ਹਨੀ ਹੈ, ਪੜ੍ਹਾਈ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ। ਪਰ ਜਿੱਥੇ ਦੁਨਿਆਵੀ ਪੜ੍ਹਾਈ ਕਰਨੀ ਹੈ, ਉੱਥੇ ਗੁਰਮਤਿ ਦੀ ਵਿੱਦਿਆ ਵੀ ਪੜ੍ਹਨੀ ਹੈ ਗੁਰੂ ਪਿਆਰੀ ਸਾਧ ਸੰਗਤ। ਸੋ ਬਚਨ ਬਣ ਕੇ ਬਾਬਾ ਆਨੰਦ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਸਨ। ਉੱਥੋਂ ਸੰਤ ਬਾਬਾ ਵਧਾਵਾ ਸਿੰਘ ਜੀ ਦੇ ਕੋਲ ਗਏ ਗੁਰੂ ਪਿਆਰੀ ਸਾਧ ਸੰਗਤ, ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਮੈਨੂੰ ਵਿੱਦਿਆ ਦੀ ਦਾਤ ਬਖਸ਼ੋ। ਗੁਰੂ ਪਿਆਰੀ ਸਾਧ ਸੰਗਤ ਵਿੱਦਿਆ ਦੀ ਦਾਤ। ਸੋ ਗੁਰੂ ਕੀ ਇਹ ਸੰਗਤ ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਫਿਰ ਪੰਜ ਪਹਿਲੇ ਅੱਖਰ ਊੜਾ ਐੜਾ ਐੜੀ ਸੱਸਾ ਹਾ ਹਾ ਗੁਰੂ ਪਿਆਰੀ ਸਾਧ ਸੰਗਤ ਇਹ ਯਾਦ ਕਰਾਏ ਬਾਬਾ ਆਨੰਦ ਸਿੰਘ ਜੀ ਨੂੰ ਪੜ੍ਹਦੇ ਰਹੇ। ਪਰ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਮੈਂ ਇਹ ਵਿੱਦਿਆ ਨਹੀਂ ਪੜ੍ਹਨਾ ਚਾਹੁੰਦਾ, ਮੈਂ ਰੂਹਾਨੀਅਤ ਦੀ ਵਿੱਦਿਆ ਪੜ੍ਹਨਾ ਚਾਹੁੰਦਾ ਹਾਂ। ਇਹ ਤਾਂ ਵਿੱਦਿਆ ਹੈ ਨਾ ਊੜਾ ਐੜਾ ਸੱਸਾ ਹਾ ਹਾ, ਤੇਰਾ ਜਮ ਕੱਟਿਆ ਜਮਾਂ ਦਾ ਫਾਵਾ ਫਾਹਾ, ਨਹੀਂ ਮੈਂ ਰੂਹਾਨੀਅਤ। ਬਾਬਾ ਵਧਾਵਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ ਸਮਝ ਗਏ ਕਿ ਇਹ ਬਖਸ਼ੀ ਹੋਈ ਰੂਹ ਹੈ, ਇਹਨਾਂ ਨੂੰ ਕੁਛ ਵਾਲਿਆਂ ਕੋਲ ਛੱਡ ਆਉਣਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ, ਉਹ ਕਿਰਪਾ ਕਰਨਗੇ ਇਹਨਾਂ ਦੀ। ਸੋ ਗੁਰੂ ਪਿਆਰੀ ਸਾਧ ਸੰਗਤ ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ, ਇੱਕ ਉਹਨਾਂ ਕੋਲੋਂ ਨਿਹੰਗ ਰਹਿੰਦਾ ਸੀ ਹਰੀ ਸਿੰਘ, ਉਹਦਾ ਨਾਂ ਸੀ ਹਰੀ ਸਿੰਘ ਨਿਹੰਗ ਸਿੰਘ। ਗੁਰੂ ਪਿਆਰੀ ਸਾਧ ਸੰਗਤ ਉਹਨਾਂ ਨੂੰ ਨਾਲ ਲੈ ਕੇ, ਬਾਬਾ ਆਨੰਦ ਸਿੰਘ ਜੀ ਨੂੰ ਨਾਲ ਲੈ ਕੇ ਹਰੀ ਸਿੰਘ ਨਿਹੰਗ ਸਿੰਘ ਰਸਤੇ ਵਿੱਚ ਬਾਬਾ ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ ਨੂੰ ਕਹਿੰਦਾ, ਕਹਿੰਦਾ ਵੀ ਮੈਨੂੰ ਸ਼ੰਕਾ ਹੈ, ਮੈਂ ਸੰਤਾਂ ਦੀ ਪਰਖ ਕਰਨੀ ਹੈ ਮਹਾਂਪੁਰਸ਼ਾਂ। ਸ਼੍ਰੀਮਾਨ ਸੰਤ ਬਾਬਾ ਵਧਾਵਾ ਸਿੰਘ ਜੀ ਦੇ ਨਾਲ ਜਿਹੜਾ ਨਿਹੰਗ ਸੋਹਣੀ ਇਹ ਕਹਿੰਦਾ, ਕਹਿੰਦਾ ਮੈਂ ਬਾਬਾ ਮਾਂ ਹਰਨਾਮ ਸਿੰਘ ਦੀ ਪਰਖ ਕਰਨੀ ਹੈ। ਮਹਾਂਪੁਰਸ਼ ਕਹਿੰਦੇ ਵੀ ਸਾਧੂਆਂ ਦੀ ਪਰਖ ਨਹੀਂ ਕਰੀਦੀ ਗੁਰੂ ਪਿਆਰੀ ਸਾਧ ਸੰਗਤ, ਪਰਖ ਕਰਨੀ ਮਾੜੀ ਹੈ ਗੁਰੂ ਪਿਆਰੀ ਸਾਧ ਸੰਗਤ। ਜਾਦਵਾਂ ਦੀ ਕੁੱਲ ਨੇ ਪਰਖ ਕੀਤੀ ਸੀ, ਤੁਸੀਂ ਜਾਣਦੇ ਹੋ, ਇਤਿਹਾਸ ਪੜ੍ਹਿਓ। ਸਤਿਗੁਰੂ ਜੀ ਦੀ ਗੁਰਬਾਣੀ ਦੇ ਵੀ ਬਚਨ ਹੈ, ਦੁਰਵਾਸਾ ਸੰਕਰਤ ਠਗੌਰੀ ਜਾਦਵੇ ਫਲ ਪਾਏ। ਉਹਨਾਂ ਗੁਰੂ ਪਿਆਰੀ ਸਾਧ ਸੰਗਤ ਮਸ਼ਕਰੀ ਕੀਤੀ ਸੀ ਨਾ ਜਾਦਵਾਂ ਨੇ, ਗੁਰੂ ਪਿਆਰੀ ਸਾਧ ਸੰਗਤ ਬੜੇ ਸਾਧੂ ਬੈਠੇ ਸਨ ਬ੍ਰਹਿਮ ਬਿਰਤੀ ਵਾਲੇ, ਉਹ ਕਹਿੰਦੇ ਲੜਕੀ ਦੇ ਪੇਟ ਵਿੱਚੋਂ ਕੀ ਪੈਦਾ ਹੋਵੇਗਾ, ਕ੍ਰਿਸ਼ਨ ਭਗਵਾਨ ਦੀ ਲਾਦ ਕਹਿੰਦੀ ਸੀ। ਸਾਰੇ ਕਹਿੰਦੇ ਜੋ ਭਗਵਾਨ ਨੂੰ ਪਾਇਆ, ਜੋ ਵਾਹਿਗੁਰੂ ਨੂੰ ਪਾਇਆ, ਜਦੋਂ ਦਰਵਾਸ਼ਾ ਕੋਲ ਗਏ ਸੀ, ਉਹ ਕਹਿੰਦੇ ਬੱਚਿਓ ਗੁਸਤਾਖੀ ਨਹੀਂ ਕਰੀਦੀ ਗੁਰੂ ਪਿਆਰੀ ਸਾਧ ਸੰਗਤ, ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ ਗੁਰੂ ਪਿਆਰੀ ਸਾਧ ਸੰਗਤ, ਕਹਿੰਦੇ ਮਸਕਰੀ ਨਹੀਂ ਕਰੀਦੀ। ਕਹਿੰਦੇ ਨਹੀਂ ਬਾਬਾ ਜੀ, ਪੁੱਛਣਾ ਚਾਹੁੰਦੇ ਹਾਂ ਵੀ ਇਹਦੀ ਕੁੱਲ ਵਿੱਚੋਂ, ਇਹਦੇ ਪੇਟ ਵਿੱਚੋਂ ਕੀ ਪੈਦਾ ਹੋਵੇਗਾ, ਕਹਿੰਦੇ ਪੁੱਛਣਾ ਹੈ। ਕਹਿੰਦੇ ਹਾਂ, ਬੱਚੇ ਉੱਚੀ ਬੋਲੇ। ਦਰਵਾਸ਼ਾ ਜੀ ਫਿਰ ਕਹਿੰਦੇ ਉੱਚੀ ਦੇ ਕੇ ਆਵਾਜ਼ ਦੇ ਕੇ ਜਲਾਲ ਵਿੱਚ ਆ ਗਏ ਗੁਰੂ ਪਿਆਰੀ ਸਾਧ ਸੰਗਤ। ਕਹਿੰਦੇ ਫਿਰ ਦੱਸੀਏ, ਕਹਿੰਦੇ ਦੱਸਣਾ ਪਵੇਗਾ ਗੁਰੂ ਪਿਆਰੀ ਸਾਧ ਸੰਗਤ। ਕਹਿੰਦੇ ਦੱਸ ਦਿੰਦੇ ਹਾਂ, ਫਿਰ ਇਹਦੇ ਵਿੱਚ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁੱਲ ਦਾ ਵਿਨਾਸ਼ ਕਰੇਗਾ ਗੁਰੂ ਪਿਆਰੀ ਸਾਧ ਸੰਗਤ, ਕੁੱਲ ਦਾ ਵਿਨਾਸ਼। ਪਰਖ ਨਹੀਂ ਕਰਨੀ ਚਾਹੀਦੀ ਗੁਰੂ ਪਿਆਰੀ ਸਾਧ ਸੰਗਤ। ਇੱਥੇ ਤਾਂ ਸੱਤ ਬਚਨ ਸਾਧੂ ਉਪਦੇਸ਼ ਗੁਰੂ ਪਿਆਰੀ ਸਾਧ ਸੰਗਤ। ਕਹਿੰਦੇ ਪਰਖ ਕਰਨੀ ਹੈ, ਹਰੀ ਸੋ ਕਹਿੰਦਾ ਨਿਹੰਗ ਸੋ। ਬਾਬਾ ਜੀ ਵਧਾਵਾ ਸਿੰਘ ਜੀ ਕਹਿੰਦੇ ਨਹੀਂ, ਇੱਦਾਂ ਨਹੀਂ ਕਰੀਦਾ। ਕਹਿੰਦੇ ਨਹੀਂ ਮਹਾਰਾਜ ਜੀ। ਜਦੋਂ ਗਏ ਗੁਰੂ ਪਿਆਰੀ ਸਾਧ ਸੰਗਤ, ਅਤੇ ਗੁਰੂ ਪਿਆਰੀ ਸਾਧ ਸੰਗਤ ਕਹਿੰਦਾ ਪਰਖ ਕਰਨੀ ਵੀ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਉਣ,
ਬਾਬਾ ਮਾਂ ਹਰਨਾਮ ਸਿੰਘ ਜੀ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਉਣ, ਫਿਰ ਮੈਂ ਸਮਝਾਂਗਾ ਵੀ ਪੂਰਨ ਸੰਤ ਹਨ ਗੁਰੂ ਪਿਆਰੀ ਸਾਸ, ਜਿਨ੍ਹਾਂ ਸਾਸ ਗਰਾਸ ਵਿਸਰੈ ਹਰਨਾਮਾ ਮਨ ਮੰਤ ਧਨ ਸੀ ਸਹੀ ਨਾਨਕਾ ਪੂਰਨ ਸੋਈ ਸੰਤ ਗੁਰੂ ਪਿਆਰੀ ਸਾਸ ਸੰਗਤ। ਜਦੋਂ ਗਏ ਨਾ ਬੇਨਤੀ ਕੀਤੀ ਸੇਵਾਦਾਰ ਨੂੰ ਵੀ ਸੰਤ ਬਾਬਾ ਵਧਾਵਾ ਸਿੰਘ ਜੀ ਨੇ ਵੀ ਮਹਾਰਾਜ ਬਾਬਾ ਮਾਂ ਹਰਨਾਮ ਸਿੰਘ ਜੀ ਦੇ ਦਰਸ਼ਨ ਕਰਨੇ ਹਨ ਗੁਰੂ ਪਿਆਰੀ ਸਾਧ ਸੰਗਤ। ਬਾਬਾ ਜੀ ਨੂੰ ਜਦੋਂ ਜਾ ਕੇ ਸੇਵਾਦਾਰ ਨੇ ਬੇਨਤੀ ਕੀਤੀ ਤੇ ਗੁਰੂ ਕੀ ਹੈ ਸੰਗਤੇ, ਬਾਬਾ ਮਾਂ ਹਰਨਾਮ ਸਿੰਘ ਜੀ ਉਸੇ ਵੇਲੇ ਸਮਾਂ ਦੇ ਦਿੱਤਾ, ਕਹਿੰਦੇ ਹੁਣੇ ਹੀ ਲਾਇਓ ਹੁਣੇ ਗੁਰੂ ਪਿਆਰੀ ਸਾਧ ਸੰਗਤ। ਜਦੋਂ ਲੈ ਕੇ ਗਏ ਤੇ ਬਾਬਾ ਮਾਂ ਹਰਨਾਮ ਸਿੰਘ ਜੀ ਕਹਿੰਦੇ ਉਹ ਵਧਾਵਾ ਸਿਆ ਬੜੀ ਡੇਰ ਲਾ ਦਿੱਤੀ ਇਹਨੂੰ ਲਿਆਉਣ ਵਾਸਤੇ ਗੁਰੂ ਪਿਆਰੀ ਸਾਸ, ਬੜੇ ਚਿਰ ਦੇ ਡੀਕਦੇ ਸਾਂ ਇਹਨੂੰ ਕਿਹਨੂੰ, ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਗੁਰੂ ਪਿਆਰੀ ਸਾਸ ਕਹਿੰਦੇ ਬੜੇ ਚਿਰ ਦੇ ਡੀਕਦੇ ਸਾਂ ਗੁਰੂ ਪਿਆਰੀ ਸਾਸ ਸੰਗਤ। ਤੇ ਜਦੋਂ ਨਾਂ ਲਿਆ ਨਾ ਉਹ ਹਰੀ ਸਿਉ ਨਿਹੰਗ ਜਿਹੜਾ ਸੀ ਚਰਨਾਂ 'ਤੇ ਡਿੱਗ ਪਿਆ ਗੁਰੂ ਪਿਆਰੀ ਸਾਸ ਸਿੰਘ ਚਰਨਾਂ 'ਤੇ, ਮਹਾਰਾਜ ਤੁਹਾਡੀਆਂ ਧਨ ਕਮਾਈਆਂ। ਗੁਰੂ ਪਿਆਰੀ ਸਾਸ ਸੰਗਤ ਬਾਬਾ ਵਧਾਵਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਨੂੰ ਬਾਬਾ ਮਾਂ ਹਰਨਾਮ ਸਿੰਘ ਸੁੱਚੋ ਵਾਲਿਆਂ ਦੇ ਚਰਨਾਂ ਵਿੱਚ ਲੈ ਕੇ ਗਏ ਗੁਰੂ ਪਿਆਰੀ ਸਾਧ ਸੰਗਤ। ਫਿਰ ਬਾਬਾ ਆਨੰਦ ਸਿੰਘ ਜੀ ਦਾ ਹੱਥ ਆਪਣੇ ਹੱਥ ਦੇ ਉੱਤੇ ਰੱਖ ਕੇ ਗੁਰੂ ਪਿਆਰੀ ਸਾਸ ਫਿਰ ਉੱਤੇ ਫਿਰ ਆਪਣਾ ਹੱਥ ਰੱਖਿਆ, ਫਿਰ ਉੱਥੇ ਸ਼ਰ੍ਹਾ ਕਰਾਈ, ਕਹਿੰਦੇ 1300 ਵਾਰੀ ਕਹਿ ਮੈਂ ਤੇਰਾ ਗੁਰੂ ਪਿਆਰੀ ਸਾਧ ਸੰਗਤ, ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਗੁਰੂ ਪਿਆਰੀ ਸਾਧ ਸਿੰਘ। ਜਿਹਨੂੰ ਬਾਬਾ ਮਾਂ ਹਰਨਾਮ ਸਿੰਘ ਜੀ ਨੇ ਆਪਣਾ ਬਣਾ ਲਿਆ ਨਾ, ਜਿਹਨ ਨਾਨਕ ਸਤਿਗੁਰ ਪੂਜਿਆ, ਫਿਰ ਬਾਬਾ ਆਨੰਦ ਸਿੰਘ ਦੀ ਗੁਰੂ ਪਿਆਰੀ ਸਾਧ ਸੰਗਤ। ਤੁਸੀਂ ਜਾਣਦੇ ਹੋ ਮਿਸਾਲਾਂ ਮਹਾਂਪੁਰਸ਼ਾਂ ਦੀਆਂ, ਗੁਰੂ ਪਿਆਰੀ ਸਾਧ ਸੰਗਤ ਉਹਨਾਂ ਦਾ ਨਾਂ ਲੈਂਦੇ ਆ ਹੀ ਗੁਰੂ ਪਿਆਰੀ ਸਾਧ ਸੰਗਤ ਹਿਰਦੇ ਵਿੱਚ ਠੰਡਕ ਆ ਜਾਂਦੀ ਹੈ। ਇਸੇ ਕਰਕੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸਨ, ਕਹਿੰਦੇ ਤਾਂ ਬਾਬਾ ਆਨੰਦ ਸਿੰਘ ਜੀ ਦੀ ਭਾਫ ਦੀ ਕਮਾਈ ਅਸੀਂ ਛੱਕ ਰਹੇ ਹਾਂ, ਅਜੇ ਕਮਾਈ ਤਾਂ ਉਹਨਾਂ ਦੀ ਢੱਕੀ ਪਈ ਹੈ। ਨਾਮ ਦੀਆਂ ਕਮਾਈਆਂ ਗੁਰੂ ਪਿਆਰੀ ਸਾਧ ਸੰਗਤ, ਜਿਨ੍ਹਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਸੋ ਸਤਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਰਹਿਮ ਦਾ ਸਦਕਾ ਬਾਬਾ ਮਾਂ ਹਰਨਾਮ ਸਿੰਘ ਉਹ ਮਹਾਨ ਸ਼ਖਸੀਅਤ ਸਨ ਗੁਰੂ ਪਿਆਰੀ ਸਾਧ ਸਿੰਘ, ਜਿਨ੍ਹਾਂ ਨੇ ਬਚਨ ਕਰ ਦਿੱਤੇ ਆਨੰਦ ਸਿਆਂ ਤੂੰ ਮੇਰਾ ਅਤੇ ਮੈਂ ਤੇਰਾ ਗੁਰੂ ਪਿਆਰੀ ਸਾਧ ਸੰਗਤ, ਪਹਿਲਾਂ ਤੇਰਾ ਘਰ ਬਣੇਗਾ ਬਾਅਦ 'ਚ ਮੇਰਾ ਘਰ ਬਣੇਗਾ ਗੁਰੂ ਪਿਆਰੀ ਸਾਧ ਸੰਗਤ। ਕੋਈ ਵਰਲਾ ਹੀ ਹੈ ਗੁਰੂ ਜਿਹੜਾ ਇਹ ਗੱਲ ਕਵੇ ਆਪਣੇ ਚੇਲੇ ਨੂੰ, ਆਪਣੇ ਗੁਰੂ ਪਿਆਰੀ ਸਾਧ ਸੰਗਤ ਸ਼ਿਖਸ਼ ਨੂੰ ਪਹਿਲਾਂ ਤੇਰਾ ਘਰ ਬਣਾਵਾਂਗੇ? ਨਾ ਨਾ, ਹੁਣ ਤਾਂ ਅੱਜ ਦੇ ਤਾਂ ਕਹਿੰਦੇ ਪਹਿਲਾਂ ਸਾਡਾ ਬਣਨਾ ਚਾਹੀਦਾ, ਬਾਕੀ ਤੁਹਾਡੀਆਂ ਗੱਲਾਂ ਬਾਅਦ 'ਚ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਦੀ ਵੰਸ਼ ਵਿੱਚੋਂ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਉਪਰਾਲਾ ਕਰਕੇ ਉਹਨਾਂ ਦਾ 205ਵਾਂ ਦਿਹਾੜਾ ਜਿਹੜਾ ਹੈ ਉਹ ਮਨਾਇਆ ਸੀ। ਤੁਸੀਂ ਸਭ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਬੇਅੰਤ ਮਹਾਂਪੁਰਸ਼, ਬੇਅੰਤ ਸਾਧੂ ਗੁਰੂ ਪਿਆਰੀ ਸਾਧ ਸੰਗਤ, ਸਾਡੇ ਇਲਾਕੇ ਦੇ ਮਹਾਂਪੁਰਸ਼ ਦਇਆ ਦੀ ਮੂਰਤ ਬਾਬਾ ਦਇਆ ਸਿੰਘ ਜੀ ਬੈਠੇ ਸਨ, ਬਾਬਾ ਅਮਰੀਕ ਸਿੰਘ ਜੀ ਵੀ ਆਏ ਹੋਏ ਸਨ, ਬਾਬਾ ਲੀਡਰ ਸਿੰਘ ਜੀ, ਉਹਨਾਂ ਨੇ ਆਪਣੇ ਗੁਰੂ ਪਿਆਰੀ ਸਾਧ ਸੰਗਤ ਸੇਵਕ ਭੇਜੇ ਹੋਏ ਸਨ ਗੁਰੂ ਪਿਆਰੀ ਸਾਧ ਸੰਗਤ। ਸੋ ਗੁਰੂ ਪਿਆਰੀ ਸਾਧ ਸੰਗਤ ਰੱਬ ਤੁੱਠੇ ਦੀ ਇਹ ਨਿਸ਼ਾਨੀ ਸੰਤਾਂ ਸੰਗ ਵਿਆਵੇ ਉਦੋਂ ਗੁਰੂ ਪਿਆਰੀ ਸਾਧ ਸੰਗਤ ਰੱਬ ਦੇ ਪਿਆਰਿਆਂ ਨਾਲ ਬਣ ਆ ਜਾਂਦੀ ਹੈ, ਉਹ ਲਾਉਂਦੇ ਗੁਰੂ ਦੇ ਲਾੜਨ ਹਨ। ਇਵੇਂ ਨਾ ਭੜਕੀ ਫਿਰ ਨਿੰਦਿਆ ਨਾ ਕਿਸੇ ਦੀ ਕਰੋ ਗੁਰੂ ਪਿਆਰੀ ਸਾਧ ਸੰਗਤ, ਸਟੇਜਾਂ 'ਤੇ ਬੋਲੋ ਹੀ ਨਾ ਨਿੰਦਿਆ ਬਾਰੇ, ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੋ ਭਾਵੇਂ ਭਾਂਡੇ ਵਿਵਸਥਾ ਨਿਕਲੇ, ਜਿਹੋ ਜਿਹੀ ਕਿਸੇ ਦੇ ਭਾਂਡੇ ਵਿਵਸਥਾ ਹੋਵੇਗੀ ਉਹੋ ਜਿਹੀ ਨਿਕਲਣੀ ਹੈ ਗੁਰੂ ਪਿਆਰੀ ਸਾਧ ਸੰਗਤ ਬਾਅਦ। ਜੇ ਨਾਮ ਜਪਿਆ ਹੋਵੇਗਾ ਸ਼ੁਭ ਬਚਨ ਨਿਕਲਣਗੇ, ਜੇ ਗੁਰੂ ਪਿਆਰੀ ਸਾਧ ਸੰਗਤ ਮਨ ਵਿੱਚ ਕਰੂਰਤਾ ਹੋਈ ਤਾਂ ਨਿੰਦਿਆ ਹੀ ਨਿਕਲਣੀ ਹੈ। ਇਸ ਲਈ ਸਤਿਗੁਰੂ ਜੀ ਮਿਹਰ ਕਰਨ, ਗੁਰੂ ਪਿਆਰੀ ਸਾਧ ਸੰਗਤ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਨਾਂ ਦੇ ਸਾਰੇ ਪਰਿਵਾਰ, ਸਾਡੇ ਵੀਰ ਸੁਖਦੇਵ ਸਿੰਘ ਜੀ, ਗੁਰੂ ਪਿਆਰੀ ਸਾਧ ਸੰਗਤ ਸ਼ੁਰੂ ਤੋਂ ਸਾਡਾ ਪਿਆਰ ਸੀ ਇਹਨਾਂ ਨਾਲ, ਗੁਰੂ ਪਿਆਰੀ ਸਾਧ ਸੰਗਤ ਸਾਰੇ ਪਰਿਵਾਰ ਦੇ ਸਿਰ 'ਤੇ ਸਤਿਗੁਰੂ ਜੀ ਮਹਾਂਪੁਰਸ਼ਾਂ ਦੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ, ਭੁੱਲਾਂ ਚੁੱਕਾਂ ਦੀ ਖਿਮਾ ਤੁਹਾਡੇ ਸੰਗਤ ਦੇ ਚਰਨਾਂ ਵਿੱਚ ਬੋਲਦੇ ਹਨ, ਇਹ ਭੁੱਲਾਂ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।